ਫੋਟੋ ਰੱਖਦੇ ਹੋ ਤੁਸੀਂ, ਜੇ ਫੋਟੋ ਰੱਖਣੀ ਆ ਤੇ ਧਰਮ ਦੀ ਕਮਾਈ ਕਰਨੀ ਆ ਤੇ ਚਰਖੜੀ ਦੀ ਫੋਟੋ ਰੱਖਿਆ ਕਰੋ, ਅਸੀਂ ਚਰਖੜੀ ਤੇ ਚੜ੍ਹਨਾ ਹੈ। ਜੇ ਧਰਮ ਦੀ ਗੱਲ ਕਰਨੀ ਆ ਤੇ ਟੋਕਾ ਕੋਲ ਰੱਖਿਆ ਕਰੋ, ਸਾਡਾ ਬੰਦ ਬੰਦ ਕੱਟਿਆ ਜਾਣਾ ਹੈ। ਜੇ ਸੱਚ ਕਹਿਣ ਦੀ ਜ਼ਰੂਰਤ ਕਰਨੀ ਹੈ ਤੇ ਫਿਰ ਰੰਬੀ ਕੋਲ ਰੱਖਿਆ ਕਰੋ, ਖੋਪਰੀ ਸਾਡੀ ਜ਼ਰੂਰ ਲੱਥੂ, ਜ਼ਰੂਰ ਲੱਥੇਗੀ, ਉਹ ਵੀ ਗੱਲ ਕਰਨ ਦੀ ਨਹੀਂ। ਜੇ ਗੱਲ ਕਰਨ ਵਾਲੇ ਨੂੰ ਰੋਟੀ ਖਵਾਉਣੀ, ਪ੍ਰਸ਼ਾਦਾ ਛਕਾਉਣਾ, ਪਾਣੀ ਪਿਆਉਣਾ, ਤਾਂ ਲੱਥਣੀ ਹੈ। ਤਾਰੂ ਸਿੰਘ ਜੀ ਨੇ ਕੋਈ ਵਾਰ ਨਹੀਂ ਸੀ ਕੀਤਾ, ਕੋਈ ਹਥਿਆਰ ਨਹੀਂ ਸੀ ਰੱਖਿਆ, ਕੇਵਲ ਪ੍ਰਸ਼ਾਦੇ ਪਾ ਕੇ ਟੋਕਰੇ ਵਿੱਚ ਗੁਰੂ ਕੀ ਸੰਗਤ ਨੂੰ ਭੁੱਖਿਆਂ ਨੂੰ ਛਕਾਉਂਦਾ ਸੀ। ਤੇ ਉਹਨੂੰ ਪੁੱਛਿਆ ਗਿਆ, ਤੁਸੀਂ ਨਾ ਪ੍ਰਸ਼ਾਦੇ ਛਕਾਏ? ਕਹਿੰਦਾ ਹਾਂ ਜੀ ਛਕਾਏ ਆ। ਜਾਂ ਉਹਨੂੰ ਬੰਦ ਕਰਦੇ ਨਹੀਂ ਕਰਾਂਗਾ, ਫਿਰ ਖੋਪੜੀ ਲੱਥੇਗੀ, ਖੋਪੜੀ ਨੂੰ ਆ ਸਕਦਾ, ਬੰਦ ਨਹੀਂ ਕਰ ਸਕਦਾ। ਖੋਪੜੀ ਲੱਥੀ ਮਾਤਾ ਜੀ,